1904 ਚ ਬਣਿਆ ਸੀ। ਮੁੱਕਰ ਮੁੱਕਰ ਕੇ ਇਹ ਹੋਣਾ ਹੈ। ਜੀਤ ਨੂੰ ਉਹਦਾ ਸਾਥੀ ਮਿਲ ਗਿਆ। ਮੰਮੀ ਕਹਿੰਦੇ ਉਹ ਦੇ ਖੋਤੇ ਖੋਤੇ। ਮੈਂ ਕਿਹਾ ਇੰਡੀਆ ਕਿਸੇ ਨੇ ਖੋਤਿਆਂ ਨੂੰ ਪੁੱਛਿਆ ਨੀ ਵਿਚਾਰਿਆਂ ਨੂੰ, ਕੋਈ ਜ਼ਿਆਦਾ ਫਰਕ ਨਹੀਂ ਹੈਗਾ ਦੇਖਿਓ ਤਾਂ। ਮੈਨੂੰ ਨਹੀਂ ਲੈ ਕੇ ਜਾਣਾ ਹੈ, ਮੈਂ ਉਹਨੂੰ ਸਵੇਰ ਦਾ ਰੌਲਾ ਪਾਈ ਜਾਣਾ, ਮੈਨੂੰ ਘੁਮਾ ਲਿਆਓ ਕਿਤੇ, ਘੁਮਾ ਲਿਆਓ। ਇੱਕ ਛੁੱਟੀ ਆ ਮੇਰੇ ਕੋਲ, ਮੈਨੂੰ ਲੈ ਕੇ ਨਹੀਂ ਜਾਂਦੇ ਕਿਤੇ ਘੁਮਾਉਣ ਨੂੰ। ਚਲੋ ਬਾਂਦਰਾਂ ਨੂੰ ਮਿਲਾ ਕੇ ਲਿਆਉਂ। ਕਿਹਨੂੰ? ਬਾਂਦਰਾਂ ਆਹ ਤੇ ਉਹੀ ਦਿਖਾਉਣ ਚ ਲਿਆਉਣ। ਚਲੋ ਮੇਰਾ ਪੁੱਤ ਬਾਂਦਰ ਜੋਗਾ ਹੀ ਰਹਿ ਗਿਆ ਹੈ। ਸਾਨੂੰ ਬਾਂਦਰਾਂ ਨਾਲ ਲੜਾਤਾ ਓਏ। ਆਹ ਦੇਖ ਲਾ ਫੇਰ ਬਾਂਦਰ ਦਿਖਾਉਣ ਜਾਵਾਂ ਵੇ, ਤੁਣੀ ਮਲਾਉਣ ਤੁਣੀ ਦਿਖਾਉਣ। ਤੂੰ ਮਲਾਉਣ ਗਿਆ ਪਹਿਲਾਂ? ਇਹ ਮੁੱਕਰ ਮੁੱਕਰ ਕੇ ਇਹ ਹੋਣਾ ਹੈ। ਸ਼ੇਰ ਵੀ ਹੈਗੇ ਤੇ ਸ਼ੇਰੀ ਮਿਲਣੀ, ਸ਼ੇਰ ਮਿਲਣੀ। ਠੀਕ ਹੈ, ਸ਼ੇਰ ਸਿੰਘ ਨੂੰ ਮੈਂ ਰੋਜ਼ ਮਿਲਦਾ ਆਪਣੇ। ਮੁੱਕ ਵੀ ਹੈਗੇ ਤੇ ਚੱਲ ਅੱਜ ਚੱਲੇ ਆ ਘੁੰਮਣ, ਫੈਮਿਲੀ ਡੇ। ਅੱਜ ਚੱਲੇ ਆ ਜ਼ੂ ਘੁੰਮਣ। ਇੰਡੀਆ ਤਾਂ ਬੜਾ ਕਰਦੇ ਹੁੰਦੇ ਜ਼ੂ ਜਾਣਾ, ਸਾਨੂੰ ਤਾਂ ਉੱਥੇ ਚੰਡੀਗੜ੍ਹ ਹੀ ਪੈਂਦਾ ਸੀ ਮੰਮੀ ਹਨਾ, ਪਟਿਆਲੇ ਦੇ ਕੋਲ, ਪਟਿਆਲੇ ਦੇ ਛੱਤ ਬੀੜ ਤੇ ਉਹ ਪੈਂਦਾ ਹੁੰਦਾ ਸੀਗਾ, ਜਾਂ ਚੰਡੀਗੜ੍ਹ ਜ਼ੂ ਜਿਹੜਾ ਹੁੰਦਾ ਸੀ ਉਹੀ, ਹਾਂ ਉਹੀ ਪੈ ਜਾਂਦਾ ਸੀ, ਜਾਂ ਪੰਜੌਰ ਗਾਰਡਨ ਹੁੰਦਾ ਸੀਗਾ, ਰੌਕ ਗਾਰਡਨ ਪੰਜੌਰ ਗਾਰਡਨ ਉਹੀ ਹੁੰਦਾ ਸੀ। ਤੇ ਇੱਥੇ ਤੁਹਾਨੂੰ ਦਿਖਾਉਣ ਜਾਂਦੇ ਹਾਂ ਕਿਹੜਾ ਜ਼ੂ ਆ, ਅਸੀਨੀ ਬੋਨੀ ਜ਼ੂ। ਚਲੋ ਚੱਲਦੇ ਫਿਰ ਉੱਥੇ। ਬ੍ਰਾਈ ਕਿੱਥੇ ਆ? ਕਿੱਥੇ ਜ਼ੂ? ਕਿਹੜੇ ਜ਼ੂ? ਠੰਡ ਲੱਗਦੀ ਹੁਣ, ਠੰਡ ਲੱਗਦੀ ਹਵਾ ਜੀ ਆ। ਅਸੀਂ ਆ ਗਏ ਆ ਜ਼ੂ, ਸੀਨੀ ਬੋਨੀ ਜ਼ੂ ਦੇ ਵਿੱਚ, ਨਾਲ ਹੀ ਪਾਰਕ ਆ। ਇਹ ਜ਼ੂ ਪਤਾ ਕਦੋਂ ਬਣਿਆ ਸੀ? 1904 ਚ ਬਣਿਆ ਸੀ। ਤੇ ਜਾਨਵਰ ਕਈ ਵਿੱਚ ਮਰ ਗਏ ਸੀ, ਮੁੜ ਮੁੜ ਨਾ ਵੀ ਆਈ ਜਾਂਦੇ ਨਹੀਂ। ਇਹਨਾਂ ਨੇ ਨੇਟਿਵਸ ਦੇ ਉਹ ਜਾਨਵਰ ਲਿਆਂਦੇ ਸੀ, ਜਿੱਦਾਂ ਬਾਈਸਨ ਲਿਆਂਦਾ, ਬਾਈਸਨ ਐਲਕ ਡੀਅਰ ਪਹਿਲਾਂ ਇੰਨੇ ਕੁ ਲਿਆਂਦੇ ਸੀਗੇ, ਫਿਰ ਹੌਲੀ ਹੌਲੀ ਇਹਨਾਂ ਨੇ ਪੋਲਰ ਬੀਅਰ ਉੱਥੋਂ ਲਿਆਂਦਾ। ਇਹਨਾਂ ਕੋਈ ਨਵੀਂ ਮੌਂਕੀ ਦੀ ਬਰੀਡ ਵੀ ਆਈ ਨਹੀਂ, ਇਹਦੇ ਮੌਂਕੀ ਆਏ। ਹਾਂ 1908 ਦੇ ਵਿੱਚ ਇਹਨਾਂ ਨੇ ਜਾਨਵਰ ਲਿਆਂਦੇ ਸ਼ੁਰੂ ਕੀਤੇ ਸੀ, ਫਿਰ ਪਹਿਲਾਂ ਵੀ ਚਾਰ ਨਹੀਂ, ਚਾਰ 'ਚ ਇਹ ਸਟੈਬਲਿਸ਼ ਕੀਤਾ ਸੀਗਾ। ਫੈਡਰਿਕ ਕਰਕੇ ਨਾਮ ਸੀ, ਫੈਡਰਿਕ ਟੋਡ ਜਿਹਨੇ ਬਣਾਇਆ ਸੀ ਇਹ। ਗੀਤ ਨੂੰ ਉਹਦਾ ਸਾਥੀ ਮਿਲ ਗਿਆ। ਪਾਲੂ ਪਾਲੂ ਮਿਲ ਗਿਆ, ਪਾਲੂ ਪਾਲੂ ਇਹ ਹੈਗਾ ਆ ਦ ਮਦਰ ਪੋਲਰ ਬੀਅਰ ਸਟੈਂਡ ਲੁਕਿੰਗ ਆਊਟ ਫੋਰ ਡੇਂਜਰ ਫੋਰ ਹਰ ਕਬਸ। ਡੇਂਜਰ ਫੋਰ ਇਨਵਾਇਰਮੈਂਟ ਇਜ਼ ਮੈਲਟਿੰਗ, ਯੂ ਕੈਨ ਹੈਲਪ, ਵੀ ਯੂਜ਼ ਰੀਸਾਈਕਲ ਪ੍ਰੋਟੈਕਟ ਦ ਇਨਵਾਇਰਮੈਂਟ। ਦੋ ਤਰ੍ਹਾਂ ਦੀਆਂ ਵਿੰਡੋ ਆ ਇੱਥੇ, ਇੱਕ ਹੈਗੀ ਆ ਮੈਂਬਰਸ ਐਕਸਪ੍ਰੈਸ ਚੈੱਕ ਇਨ ਅਤੇ ਵਿਜ਼ਟਰ। ਆਪਾਂ ਹੈਗੇ ਵਿਜ਼ਟਰ ਪਰ ਚੱਲੇ ਹਾਂ ਮੈਂਬਰ ਵਾਲਿਆਂ ਵੱਲੋਂ। ਫਾਈਨਲੀ ਜਾਨਵਰ ਆ ਗਏ ਅੰਦਰ। ਸਾਨੂੰ ਵੀ ਖੁੱਡਾ ਖਾਡਾ ਦੇ ਦਿਓ। ਮੈਂ ਕਿਹਾ ਸਾਨੂੰ ਵੀ ਕਿਤੇ ਖੁੱਡਾ ਖਾਡਾ ਦੇ ਦਿਓ, ਇੱਥੇ ਲੈ ਲਈਏ ਨਾ ਕੋਲੋਂ। ਆਹੋ ਨਹੀਂ, ਇੱਥੇ ਇੱਥੇ ਹੈਗੇ ਆ ਬਾਈਸਨ। ਅਰੇ
ਆ ਤੁਹਾਨੂੰ ਬਾਈਸਨ ਦਿਖਾਈਏ ਟੂਣਾ ਕੀਤਾ ਇਹ ਇੰਡੀਆ ਬੇਟੀ ਮੈਂ ਕਿਹਾ ਤੇ ਪਤਾ ਨਹੀਂ ਲੱਗਦਾ ਕਿਸੇ ਨੇ ਮੋਟੀ ਜੈਕਟ ਪਾਈ ਕਿਸੇ ਨੇ ਵੀ ਆਪਾਂ ਕੀ ਪਾਈਏ ਕਿਤੇ ਲੋਕਾਂ ਨੂੰ ਗਰਮੀ ਦਾ ਚਾਹ ਇੰਨਾ ਕਿ ਗਰਮੀ ਮਾੜੀ ਜੀ ਵੀ ਹੁੰਦੀ ਨਾ ਪਲੱਸ ਟੈਲਸ ਹੁੰਦਾ ਲੋਕੀ ਕੱਪੜੇ ਕੁਪੜੇ ਲਾ ਕੇ ਆ ਜਾਂਦੇ ਜੈਕਟਾਂ ਚ ਤੈਨੂੰ ਦਿਖਾਵਾਂ ਜ਼ੂ ਦਾ ਮੈਪ ਸੋ ਆਪਾਂ ਕਿੱਥੇ ਆ ਆਇਆ ਇੱਥੇ ਆਪਾਂ ਇੱਥੇ ਤੇ ਚੱਲਦੇ ਫੇਰ ਉਹ ਪੂਰਾ ਰਾਊਂਡ ਉੱਤੋਂ ਕੱਢ ਕੇ ਫਿਰ ਆਵਾਂਗੇ ਗੀਤ ਕਹਿੰਦੀ ਇਹ ਪਿਊਮਾ ਦੇ ਕੱਪੜੇ ਪਾਉਂਦਾ ਉਹ ਨਹੀਂ ਨਹੀਂ ਇਹਦਾ ਇੱਕ ਚਿੰਨ ਆ ਲੈ ਤੁਹਾਨੂੰ ਦਿਖਾਈਏ ਪੰਮੇ ਨਹੀਂ ਇੱਕ ਮਿੰਟ ਕਰ ਸਕਦੇ ਟੌਰ ਤੁਸੀਂ ਕੱਲੀ ਪਾ ਸਕਦੇ ਕੀ ਪਤਾ ਅੱਜ ਕੱਲ੍ਹ ਨਵੇਂ ਕੱਪੜੇ ਪਾਏ ਹੋਣ ਤੁਸੀਂ ਨਵੇਂ ਕੱਪੜੇ ਪਾ ਕੇ ਮੈਡੀਕਲ ਟਰਮ ਵਿੱਚ ਹੀ ਮਿਕਸ ਕਰੀ ਜਾਂਦੀ ਮਾਊਂਟੇਨ ਗਾਊਟ ਉਹ ਬਿਟਿਆ ਜੀ ਤੇ ਰੈਮ ਦਾ ਪਿੱਕਾ ਲੈਣਾ ਹੈ ਇਦਾਂ ਕਿਹੜਾ ਚੱਲਦਾ ਹੁੰਦਾ ਪਿੱਕਾ ਦੱਸੀ ਇਦਾਂ ਕਿਹੜਾ ਪਿੱਕਾ ਚੱਲਦਾ ਹੁੰਦਾ ਹੈ ਇਦਾਂ ਕੀ ਚੱਲਦਾ ਹੁੰਦਾ ਕਿ ਹਾਂ ਤੇ ਫਿਰ ਇਹ ਪਿੱਕਾ ਚਲਾਈ ਜਾਂਦੀ ਜਿਹੜਾ ਰੈਮ ਦਾ ਟਰੱਕ ਆ ਜਾਂ ਰੈਮ ਦਾ ਲੋਗੋ ਜਾਂ ਉਹਦਾ ਹੈਗਾ ਉਹ ਇਸ ਤੋਂ ਬਣਦਾ ਬਿੱਗ ਹੌਰਨ ਸ਼ੀਪ ਤੋਂ ਬਿਗ ਹੌਰਨ ਟਰੱਕ ਯਾ ਦੱਸ ਇਹ ਮੈਂ ਹੀ ਲੈ ਲੈਣੀ ਗੀਤ ਨੂੰ ਇਹ ਲੈ ਲੈਣੀ ਉੜਦੀ ਨੀ ਜਾਏਗਾ ਬਿੱਗ ਹੌਰਨ ਤੇ ਨਾ ਤੇਲ ਪੈਣਾ ਬਸ ਘਾਈ ਪੈਣਾ ਹਾਂ ਥੋੜਾ ਜਿਹਾ ਆਪ ਖਾ ਲਿਆ ਨਾਲੇ ਨੂੰ ਖਿਲਾ ਤਾ ਕੀ ਗੱਲ ਕਿਹੜਾ ਖੋਤਾ ਪੋਨੀ ਵਾਲਾ ਪੋਨੀ ਕਰਦਾ ਪੋਨੀ ਪੋਨੀ ਖੋਤਾ ਕਹਿੰਦੇ ਆ ਜਾ ਇੱਥੇ ਹੈਗਾ ਨਾ ਸਨੋ ਆਉਲ ਹੈ ਗੀਰ ਰਿਹਾ ਨਾ ਉੱਲੂ ਦਾ ਉੱਲੂ ਮੈਂ ਕਿਹਾ ਰਿਹਾ ਨਾ ਉੱਲੂ ਦਾ ਉੱਲੂ ਹੈ ਇੰਨੀ ਜਿਹੀ ਟਿਕਟ ਖਰਚ ਕੇ ਤੈਨੂੰ ਦੇਖਣਾ ਹੈ ਆਇਆ ਹੀ ਨਹੀਂ ਬਾਹਰ ਉਹ ਬਿਊਟੀਫੁਲ ਦੇਖੋ ਦੇਖੋ ਹਰੀਆ
ਉਲਣੀ ਕੀ ਹੈ ਕਹਿੰਦੀ ਆ ਜਿਹੜਾ ਉਰੇ ਬੈਠਾ ਨਾ ਇੱਧਰ ਜਿਹੜਾ ਬਣਾ ਹੈ ਕਹਿੰਦੀ ਇਹ ਉੱਲੂ ਆ ਉਹ ਉੱਲੀ ਹੈ ਉਲੀ ਅਬਰਾਜ ਦੱਸੂਗਾ ਇੱਥੇ ਲਿਖਿਆ ਹੈ ਇਫ ਯੂ ਡੋਂਟ ਸੀ ਅਸ ਹੇਅਰ ਕੀਪ ਵਾਕਿੰਗ ਨਾਰਥ ਔਰ ਸਾਨੂੰ ਦੇਖ ਲਓ ਕਹਿੰਦਾ ਉੱਥੇ ਪੋਲਰ ਬੀਅਰਸ ਨੇ ਲਿਖ ਕੇ ਲਾਇਆ ਜੇ ਸਾਨੂੰ ਇੱਥੇ ਨਹੀਂ ਤੁਸੀਂ ਲੱਭਦੇ ਤੇ ਅੱਗੇ ਚਲੋ ਘੁੰਮਦੇ ਪਰ ਸਾਡਾ ਪੋਲਰ ਬੀਅਰ ਅੱਗੇ ਦੌੜਿਆ ਜਾਂਦਾ ਪਿਆ ਕਦੀ ਮੈਂ ਪੋਲਰ ਬੀਅਰ ਕਦੀ ਮੈਂ ਬੱਕਰੀ ਤੇ ਕਦੀ ਮੈਂ ਭੇਡ ਹੈ ਇੱਕ ਨਾਮ ਦਿਓ ਵੀ ਦੂਰ ਵਿੱਚ ਆਏ ਆ ਫੈਟ ਦਿਸ ਇਜ਼ ਦ ਲੇਅਰ ਫੈਟ ਐਂਡ ਦ ਸੀਲਸ ਇਟਸ ਜਸਟ ਟੂ ਸ਼ੋਅ ਯੂ ਦੈਟ ਇਟਸ ਇਨਸੂਲੇਟਿੰਗ it's it'll keep the heat and the cold separate because of the insulation it's a fat it's fat it's just like you have yeah fat. Yeah but the seals they lay it down all over their body and it's air protective it's three good uses for the fat for the seal and for the polar bear it helps them buoyancy in the water it keeps them up because it weighs less than water and yeah. tries to float fat floats on water it insulates them against the cold and the keeps their muscles warm and then you know outside air and it also is very high in food energy so when you digest if you eat fats you eat your meals your fat you burn it in the calories you get twice as many calories out of fat as you do out of like protein or carbs yeah so they can get a lot so when a polar bear kills a seal for his meal the first thing he eats is the fat that's the hot food energy they go for the food energy is this the original one that is from a yeah that's real that's a seal yeah. oh so that and if you can feel it you can still feel it you can still feel a little oiliness in it that thing's about 10 years old and that's how much oil is in it you could still feel it after all those years it hasn't dried out yet okay it's amazing
ਕੂਲਰ ਪੀਅਰ ਬਣਾਉਣਾ ਹੁਣ ਲਾਈਨ ਚ ਲਗਾ ਕੂਲਰ ਪੀਅਰ ਬਣ ਦੇ ਨੇ ਅੰਦਰ ਬਰਤਨ ਕਰ ਕੇ ਦੇਖੀ ਕਿਹੜੇ ਪਾਸੇ ਕੂਲਰ ਪੀਅਰ ਕੌਫੀ ਲੱਗ ਗਈ Abraj, come here. ਮੂਵੀ ਦੇਖੀ ਸੀ ਨਾ ਬਾਈ ਲਾਰਸ ਉਹਦੀ ਬਿਨੂ ਢਿੱਲੋਂ ਦੀ ਆਹ ਖੜਾ ਬਾਈ ਲਾਰਸ ਬਹੁਤ ਤਕੜਾ ਮਸਲਾ ਹੋ ਗਿਆ ਗੀਤ ਕਹਿੰਦੀ ਮੇਰੀ ਟਿਕਟ ਰਿਫੰਡ ਕਰਾ ਦਿਓ ਜੇ ਮੈਨੂੰ ਥੱਲੇ ਪੱਕਾ ਨਾ ਦੱਸਿਆ ਮੈਂ ਵਾਪਸ ਲੈਣਾ $25 ਮੈਂ ਕਿਹਾ ਮੇਰੇ $25 ਦਿਓ ਮੈਂ ਦੇਖਣਾ ਸੀ ਮੈਨੂੰ ਦੱਸਿਆ ਨਹੀਂ ਉਹ ਮੇਰਾ ਫੇਵਰਟ ਐਨੀਮਲ ਆ ਮਤਲਬ ਕਿ ਉਹ ਪਤਾ ਨਹੀਂ ਕੀ ਉਹਨੂੰ ਇਹਨੂੰ ਫੇਵਰਟ ਲਾਦਾ ਉਹਦੇ 'ਚ ਇਹਨੇ ਘਰ ਵੀ ਉਹਦਾ ਉਹ ਲਿਆ ਕੇ ਕੀ ਕਹਿੰਦੇ ਹੁੰਦੇ ਟੈਡੀ ਬੀਅਰ ਜਿਹੜਾ ਹੁੰਦਾ ਉਹਦਾ ਉਹ ਅਲਪਾਕਾ ਲਿਆ ਕੇ ਰੱਖਿਆ ਹੋਇਆ ਇਹਨੇ ਘਰ ਵੀ ਜੇ ਉਹ ਹੁੰਦਾ ਨਾ ਕਿਤੇ ਕਿਹੜਾ ਪੈਟ ਹਾਂ ਤੇ ਮੈਂ ਰੱਖ ਲੈਣਾ ਨਾਲ ਹੀ ਲੈ ਲੈਣਾ ਸੀ ਤੁਹਾਡੇ ਦੋਨਾਂ ਤੋਂ ਬਾਅਦ ਮੈਂ ਉਹਨੂੰ ਜ਼ਿਆਦਾ ਪਿਆਰ ਕਰਦੀ ਹਾਂ ਪਹਿਲਾਂ ਤੁਸੀਂ ਦੋਨੋਂ ਤੀਜੇ ਤੋਂ ਬੜੇ ਹੋ ਵਨ ਆਫ ਮਾਈ ਕੀ ਹੈ ਵਨ ਆਫ ਮਾਈ ਲਵ ਥੀਸ ਆਰ ਰੀਅਲ ਕੂਕ ਕੇਕਸ ਕਿਹੜੀ 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 ਹੋ ਗਈ ਸੀ ਆ ਮੇਂਗਣਾ ਅੱਛਾ ਇਹ ਉਹ ਕਹਿੰਦਾ ਹੈ ਨਾ ਗਾਂਧੀ ਨੇ ਬੱਕਰੀ ਰੱਖੀ ਪੱਠੇ ਲੰਬੇ ਲੰਬੇ ਖਾਂਦੀ ਹੈ ਤੇ ਮੇਂਗਣਾ ਗੋਲ ਗੋਲ ਕਰਦੀ ਇੱਕ ਨੰਬਰ ਗੋਟ ਦੀਆਂ ਆ ਗੋਟ ਦੀਆਂ ਇਹ ਇਹ ਹੈਗੀ ਉਹ ਆਮਾ ਲਿਆਮਾ ਲਿਆਮਾ ਉਹ ਪੱਕਾ ਦੀ ਉਹ ਪੱਕਣ ਲਿਆਮਾ ਵੀ ਕਹਿੰਦੇ ਆ ਇਹ ਪੱਕਾ ਦੀ ਕਿਹੜੀ ਲੋ ਪੱਕਾ ਦੀ ਆਹ ਤਾਂ ਖੋਤਾ ਆ ਇਹ ਤਾਂ ਪੱਕਾ ਇਧਰ ਹੀ ਕਰਦੇ ਵੇਖਣਾ ਹੈ ਗੰਦੀਆਂ ਜੀ ਆਹ ਤਾਂ ਖੋਤਾ ਆ ਡੋਂਕੀ ਦੀ ਹੈ ਡੋਂਕੀ ਦੀ 4 ਨੰਬਰ ਆ ਹੈਗੀ ਪਿੱਗ ਦੀ ਮੈਂਡਰ ਜਿੱਲਾ ਕਿਤੇ ਉੱਠਿਆ ਨਾ ਦੇਖੀ ਵੀ ਡਰਦੀ ਸ਼ੀਸ਼ੀ ਕਰਕੇ ਨਹੀਂ ਆਉਂਦਾ ਹਾਂ ਬਾਸੀ ਤੇਰੀ ਹੈ ਕਿਹੜੀ ਬਾਸੀ ਹੈ ਬਹੁਤ ਹਣ ਕਿਹਦਾ ਨਾਮ ਨਵਾਂ ਹੈ ਦੇ ਤਾਂ ਖੜਕਾ ਕੇ ਆਉਂਦੀ ਨਹੀਂ ਆਈ ਨਹੀਂ ਕੋਈ ਕੋਈ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਧੁੱਪ ਧੁੱਪ ਦੇ ਨਜ਼ਾਰਾ ਲੈਂਦਾ ਪਿਆ ਗੀਤ ਪੈ ਜਾ ਨਾਲ ਜਾ ਕੇ ਤੂੰ ਵੀ ਇੱਦਾਂ ਕਰ ਫਿਰ ਇੱਦਾਂ ਮੈਂ ਕਰ ਰਹੀ ਹਾਂ ਜਮਾ ਮੂੰਹ ਔਰ ਇਹਦੀ ਕਰਦਾ ਪਿਆ ਉਹ ਤੂੰ ਤੂੰ ਉਠਿਆ ਉੱਥੇ ਉੱਥੇ ਨਾ ਬਰੱਸ਼ ਲਾਇਆ ਹੋਇਆ ਰੋਲਰ ਜਿਹਾ ਊਠਾਂ ਦੇ ਜਦੋਂ ਖਾਜ ਹੁੰਦੀ ਤਾਂ ਨਾਲ ਨਾਲ ਰਗੜ ਹੁੰਦੇ ਗੀਤ ਕਹਿੰਦੀ ਘਰੇ ਲਾ ਕੇ ਤਾਂ ਫਿਰ ਕਿੱਦਾਂ ਕਰਨਾ ਕੈਂਗਰੂ ਉਹ ਦੇਖਦੇ ਤਾਂ ਕਿੱਡਾ ਵੱਡਾ ਉਹ ਦੇ ਖੜਾ ਹੋ ਕੇ ਦਿਖਾਉਂਦਾ ਤੂੰ ਸੀਟੀਆਂ ਮਾਰਦੀ ਇੱਥੇ ਔਰ ਉਹ ਵੀ ਉਹ ਵੀ ਉੱਠਿਆ ਉਹਦੇ ਸਾਥੀ ਚਲ ਗਏ ਕਹਿੰਦਾ ਮੈਂ ਰਹਿ ਗਿਆ ਇਕੱਲਾ ਔਰ ਆ ਗਿਆ 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 ਦੇਖੀ ਕਿੱਡਾ ਵੱਡਾ
a sea eagle. ਕੀ ਲੱਭਣ ਚੱਲੇ ਸੀ? ਹੈਂ ਕੀ ਲੱਭਣ ਜਾਂਦੇ ਪਏ? ਲਿਖ ਲੱਗ ਗਿਆ ਪਤਾ, ਫਿਰ ਉਦੋਂ ਮੈਨੂੰ ਕਿਹਾ ਸੀਗਾ ਮੈਨੂੰ ਬਾਂਦਰ ਨਾਲ ਮਿਲਾਤਾ ਹੁਣ ਦੇਖ ਲਓ। ਇੱਕ ਵਾਰੀ ਪਤਾ ਇੰਡੀਆ ਸੀ ਗਿਆ ਸੀ ਅਤੇ ਮੈਂ ਜਲੰਧਰ ਵੱਲ ਚੰਡੀਗੜ੍ਹ ਗਿਆ, ਚੰਡੀਗੜ੍ਹ ਉੱਥੇ ਸਾਰੇ ਜਾਣੇ ਸੀ ਇਕੱਠੇ ਨਿਆਣੇ ਨਿਆਣੇ ਸਾਰੇ ਅਸੀਂ ਘੁੰਮਣ ਚੱਲ ਗਏ ਸ਼ਿਮਲੇ, ਸ਼ਿਮਲੇ ਖਾ ਕੇ ਨਹੀਂ ਗਏ, ਭੁੱਖ ਲੱਗ ਗਈ ਅਤੇ ਉੱਥੇ ਰਸਤੇ ਨਾ ਟ੍ਰੈਫਿਕ ਲੱਗ ਗਿਆ, ਉੱਥੇ ਨਾ ਇੱਕ ਵੱਡੀ ਸਾਰੀ ਗੱਡੀ ਆਈ ਹੋਏ ਪਤਾ ਨਹੀਂ ਮੈਂ ਉਹ ਮਰਸਡੀਜ਼ ਦੀ ਕਿਹੜੀ ਸੀ ਅਤੇ ਮਰਸਡੀਜ਼ ਸੀ ਗਏ ਉਹ ਹਾਣ ਕੇ ਨਾ ਕੇਲਿਆਂ ਦੀ ਬੁੱਢੀ ਟੋਕਰੀ ਨਾ ਉੱਥੇ ਸਿੱਟ ਕੇ ਗਿਆ ਬਾਂਦਰਾਂ ਨੂੰ, ਇੱਧਰ ਸਾਰਾ ਟੱਬਰ ਪੈ ਗਿਆ ਬਾਂਦਰ ਦੌੜ ਕੇ ਦੇਖ ਕੇ ਸਾਨੂੰ ਨਵੇਂ ਬਾਂਦਰ ਆ ਗਏ, ਮੁੜ ਕੇ ਸਾਰਿਆਂ ਨੇ ਕੇਲੇ ਖਾਧੇ, ਸਾਰਿਆਂ ਨੇ ਢਿੱਡ ਦੁਖੇ ਮੁੜ ਕੇ ਬਾਂਦਰਾਂ ਦੀ ਚੱਕ ਖਾਧੇ ਤਾਂ ਕਰਕੇ ਉੱਠ ਗਿਆ। ਅਸੀਂ ਨੀ ਬਾਹਰ ਆਉਣਾ। ਗਿਫਟ ਯਾਦ ਲੇਕ ਹੈ ਕੀ ਹੈ ਉਹ ਕੀ ਹੈ ਉਹ ਖਾਣ ਨੂੰ ਆ ਨਹੀਂ ਮੈਂ ਕਿਹਾ ਉਹ ਖਾਣ ਨੂੰ ਆ ਆ ਕੱਢ ਇੰਡੀਆ ਕਦੀ ਡੱਡੂ ਕੋਲ ਨਹੀਂ ਗਏ ਤਾਂ ਇੱਥੇ ਵੀਡੀਓ ਬਣਾਉਣੀ ਪੈਂਦੀ ਹੈ। ਇੰਡੀਅਨ ਫਲਾਇੰਗ ਫੌਕਸ ਆ ਇਹ, ਉਹ ਆ ਚਮਚੜਕ ਨਹੀਂ ਆਉਂਦੀ ਦੀਦੀ, ਕਿਹਦਾ ਪੁੱਠੀ ਲੜਕੀ ਵਾ ਮੈਨੂੰ ਵੀ ਪੁੱਛ ਲਓ, ਦੇਖਿਆ ਕੁਛ ਥੱਲੇ ਖਾਣ ਵਾਲਾ ਔਰੇ ਸ਼ੀਸ਼ੂ ਕਰਦਾ ਸਪੈਸ਼ਲ ਹੀਟ ਲਾ ਕੇ ਦਿੱਤੀ ਯਾਰ ਔਰ ਕੀ ਕਿਦਾਂ ਮੂੰਹ ਸਵਾਰਦਾ ਹਾਂਜੀ ਜ਼ੂ ਦਾ
ਟੂਰ ਕਿੱਦਾਂ ਦਾ ਲੱਗਾ ਜ਼ਰੂਰ ਦੱਸਿਓ। ਅਤੇ ਆਹ ਵਲੌਗ ਇੱਥੇ ਹੀ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਟਿਲ ਦੈਨ ਬਾਏ ਬਾਏ, ਟੇਕ ਕੇਅਰ, ਮਿਲਦੇ ਹਾਂ ਇੱਕ ਨਵੇਂ ਵਲੌਗ ਨਾਲ। ਬਾਏ 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 ਬਾਏ।